ਫਾਸਟ ਫੂਡ ਨੂੰ ਲੈ ਕੇ ਮੱਖੂ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਫਾਸਟ ਫੂਡ ਕਿੰਗਜ਼ ਮੀਲ ਯਾਨੀ ਰਾਜਿਆਂ ਦਾ ਖਾਣਾ ਅੰਮ੍ਰਿਤਸਰ ਜ਼ੀਰਾ ਰੋਡ 'ਤੇ ਡਾਕਟਰ ਇੰਦਰਜੀਤ ਸਿੰਘ ਦੇ ਪੈਟਰੋਲ ਪੰਪ ਦੇ ਸਾਹਮਣੇ ਟਿਕੋਨੀ 'ਤੇ ਖੁੱਲ੍ਹ ਚੁੱਕਾ ਹੈ, ਜਿੱਥੇ ਤੁਹਾਨੂੰ ਵੈੱਜ ਨੌਨ ਵੈੱਜ ਫਾਸਟ ਫੂਡ ਜਿਵੇਂ ਕਿ ਬਰਗਰ ਪੀਜ਼ਾ ਪਾਸਤਾ ਸੈਂਡਵਿਚ ਪਨੀਰ ਚਿੱਲੀ ਆਦਿ ਹਰ ਤਰ੍ਹਾਂ ਦਾ ਫਾਸਟ ਫੂਡ ਵਧੀਆ ਕੁਆਲਿਟੀ ਅਤੇ ਸਾਫ਼ ਸੁਥਰੇ ਤਰੀਕੇ ਨਾਲ ਤਿਆਰ ਕੀਤਾ ਹੋਇਆ ਮਿਲੇਗਾ। ਇੱਥੇ ਬਰਥਡੇ ਪਾਰਟੀ ਕਿਟੀ ਪਾਰਟੀ ਦਾ ਖਾਸ ਪ੍ਰਬੰਧ ਹੈ। ਸਾਫ਼ ਸੁਥਰੀ ਦਿੱਖ ਕਰਕੇ ਕਿੰਗਜ਼ ਮੀਲ ਹਰ ਕਿਸੇ ਦੇ ਮਨ ਨੂੰ ਆਕਰਸ਼ਿਤ ਕਰਦਾ ਹੈ। ਕੀ ਕਹਿਣਾ ਹੈ ਕਿੰਗਜ਼ ਮੀਲ ਦੇ ਓਨਰ ਸਰਦਾਰ ਹਰਜਿੰਦਰ ਸਿੰਘ ਦਾ, ਸੁਣੋ ਉਹਨਾਂ ਦੀ ਜ਼ੁਬਾਨੀ। ਯਾਦ ਰੱਖੋ, ਕਿੰਗਜ਼ ਮੀਲ ਯਾਨੀ ਰਾਜਿਆਂ ਦਾ ਖਾਣਾ ਅੰਮ੍ਰਿਤਸਰ ਰੋਡ 'ਤੇ ਡਾਕਟਰ ਇੰਦਰਜੀਤ ਸਿੰਘ ਦੇ ਪੈਟਰੋਲ ਪੰਪ ਦੇ ਬਿਲਕੁਲ ਸਾਹਮਣੇ ਕਿੰਗਜ਼ ਮੀਲ ਮੱਖੂ ਜ਼ੀਰਾ ਰੋਡ ਦੇ ਉੱਤੇ ਇਸ ਵਕਤ ਅਸੀਂ ਬੈਠੇ ਹੋਏ ਹਾਂ ਕਿੰਗਜ਼ ਮੀਲ ਦੇ ਵਿੱਚ, ਜਿਹੜਾ ਕਿ ਨਵਾਂ ਇੱਥੇ ਫਾਸਟ ਫੂਡ ਸੈਂਟਰ ਖੁੱਲ੍ਹਾ ਹੋਇਆ ਵਾ। ਸਾਡੇ ਨਾਲ ਉਹਨਾਂ ਦੇ ਓਨਰ ਹਰਜਿੰਦਰ ਸਿੰਘ ਜੀ ਨੇ, ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਹਾਂਜੀ ਹਰਜਿੰਦਰ ਸਿੰਘ ਜੀ, ਦਰਸ਼ਕਾਂ ਨੂੰ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਜਿਹੜਾ ਤੁਸੀਂ ਇਹ ਕਿੰਗਜ਼ ਮੀਲ ਜਿੱਥੇ ਖੋਲ੍ਹਿਆ ਵਾ, ਇਹ ਕੰਮ ਤੁਸੀਂ ਪਹਿਲਾਂ ਤੋਂ ਕਰਦੇ ਆ ਰਹੇ ਸੀ ਜਾਂ ਪਹਿਲਾਂ ਹੋਰ ਕੋਈ ਕੰਮ ਕਰਦੇ ਸੀ? ਸਭ ਤੋਂ ਪਹਿਲਾਂ ਮੈਂ ਤਬ ਦਾ ਸੱਚ ਦਾ ਸਤਿਕਾਰ ਕਰਦਾ, ਵੈਲਕਮ ਕਰਦਾ ਕਿੰਗਜ਼ ਮੀਲ ਦੇ ਆਉਣ ਦਾ, ਵਿੱਚ ਆਉਣ ਦਾ। ਉਸ ਤੋਂ ਬਾਅਦ ਮੈਂ ਪੜ੍ਹਾਈ ਤੋਂ ਬਾਅਦ ਆਰਮੀ ਨੂੰ ਮਤਲਬ ਚੁਣਿਆ ਸੀ, ਉਦੋਂ ਬਾਅਦ ਮੇਰੀ ਸਿੱਖ ਰੈਜੀਮੈਂਟ 8 ਸਿੱਖ ਬਟਾਲੀਅਨ ਟਾਈਗਰ ਹਿੱਲਾ ਜਿਹਨੇ ਲੜੀ ਆ, ਮੈਂ ਉਹਦਾ ਇੱਕ ਨੁਮਾਇੰਦਾ। ਮੈਨੂੰ ਉਹਨੇ ਬਹੁਤ ਚੰਗਾ ਬਹਿਣਾ ਉੱਠਣਾ ਮਤਲਬ ਬਹੁਤ ਚੰਗੇ ਸੁਝਾਅ ਸਿਖਾਏ ਆ, ਜਿਨ੍ਹਾਂ ਨੂੰ ਮੈਂ ਮਤਲਬ ਰਿਟਾਇਰ ਹੋ ਕੇ ਹੁਣ ਮਤਲਬ ਕਾਰਵਾਈ ਕਰ ਰਿਹਾ, ਉਹਨਾਂ ਚੀਜ਼ਾਂ 'ਤੇ ਚੱਲ ਰਿਹਾ। ਇਹ ਸਰਦਾਰ ਜੀ, ਜਿਵੇਂ ਕਾਫੀ ਫਾਸਟ ਫੂਡ ਹੋਰ ਵੀ ਹੈ ਨੇ ਸ਼ਹਿਰ ਦੇ ਵਿੱਚ, ਚਲੋ ਥੋੜ੍ਹਾ ਇਹਨੂੰ ਅਸੀਂ ਇਹਦੀ ਕੁਆਲਿਟੀ ਵਧੀਆ ਕਹਿ ਸਕਦੇ ਹਾਂ, ਪਰ ਫਿਰ ਵੀ ਕੰਪੀਟੀਸ਼ਨ ਤਾਂ ਹੈ। ਤੁਸੀਂ ਕੀ ਜਿਹੜੇ ਤੁਹਾਡੇ ਕਸਟਮਰ ਆਉਣਗੇ ਜਾਂ ਜਿਹੜੇ ਇਲਾਕੇ ਵਾਸੀ ਨੇ, ਕੀ ਕਹਿਣਾ ਚਾਹੋਗੇ ਉਹਨਾਂ ਨੂੰ, ਕੀ ਕਾਰਨ ਦਿਓਗੇ ਕਿ ਉਹ ਤੁਹਾਡੇ ਕੋਲ ਆਉਣ? ਮੈਂ ਉਹਨਾਂ ਨੂੰ ਚੰਗਾ ਮਤਲਬ ਕੁਆਲਿਟੀ ਦਾ ਫਾਸਟ ਫੂਡ ਔਰ ਸਾਫ਼ ਸੁਥਰਾ ਹਾਲ ਮਤਲਬ ਕਿਚਨ ਵਗੈਰਾ ਪੂਰੀ ਸੁਵਿਧਾ ਦਊਂਗਾ। ਅਖੀਰ ਦੇ ਉੱਤੇ ਹੁਣ ਤੁਸੀਂ ਇੱਥੇ ਆ ਗਏ ਹੋ, ਤੁਸੀਂ ਵਿਚਰਨਾ ਵਾ, ਸਾਰੇ ਇੱਥੇ ਹੀ ਵਿਚਰਨਾ ਵਾ, ਤੁਹਾਡੇ ਇੱਥੇ ਰਿਲੇਸ਼ਨ ਵੀ ਬਣ ਗਏ ਅਤੇ ਕਿੰਗਜ਼ ਮੀਲ ਦੇ ਨਾਮ ਨਾਲ ਹੀ ਤੁਹਾਡੇ ਰਿਲੇਸ਼ਨ ਬਣਨੇ ਆ, ਤੁਸੀਂ ਕੁਆਲਿਟੀ ਜਿਸ ਤਰ੍ਹਾਂ ਦੀ ਦਓਗੇ ਉਹਦੇ ਨਾਲ ਹੀ ਤੁਹਾਡਾ ਸਾਰਾ ਕੁਝ ਅੱਗੇ ਬਣਨਾ ਵਾ, ਅਤੇ ਜਿਹੜੇ ਇਲਾਕਾ ਨਿਵਾਸੀ ਨੇ ਉਹਨਾਂ ਨੂੰ ਕੀ ਬੇਨਤੀ ਕਰਨੀ ਚਾਹੋਗੇ ਲਾਸਟ ਦੇ ਉੱਤੇ? ਮੈਂ ਇਹ ਕਹਿਣਾ ਚਾਹੁੰਦਾ ਇਲਾਕਾ ਨਿਵਾਸੀਆਂ ਨੂੰ ਭਈ ਇੱਕ ਵਾਰ ਕਿੰਗਜ਼ ਮੀਲ ਆਓ ਅਤੇ ਆ ਕੇ ਇੰਜਾਏ ਮਨਾਓ, ਮੈਨੂੰ ਇੱਕ ਵਾਰ ਮੌਕਾ ਦਿਓ, ਹਰ ਚੀਜ਼ ਨੂੰ ਚੰਗੀ ਤਰ੍ਹਾਂ ਪ੍ਰੋਵਾਈਡ ਕਰਾਂਗੇ।